ਇੰਦਰਾ ਨੂੰ ਵੀ ਬਹੁਤ ਵੱਡੇ ਵਹਿਮ ਸੀਗੇ, ਉਹਨਾਂ ਨੇ ਵੀ ਫੈਡਰਲਿਜ਼ਮ ਦੀ ਤਬਾਹੀ ਜਿਹੜੀ ਆ ਮਚਾਈ ਸੀ। ਇੰਦਰਾ ਗਾਂਧੀ ਨੇ ਫੈਡਰਲਿਜ਼ਮ ਤਬਾਹ ਕਰਤਾ ਸੀ। ਜਦੋਂ ਅੱਜ ਸੰਘੀ ਢਾਂਚੇ 'ਤੇ ਅਟੈਕ ਕੀ ਦੇਖ ਰਿਹਾ ਸੀ, ਖੇਤੀ ਬਿੱਲਾਂ ਵਾਲਾ ਸੰਘੀ ਢਾਂਚੇ 'ਤੇ ਅਟੈਕ ਆਏ। ਆਉਣ ਵਾਲੇ ਦਿਨਾਂ ਦੀ ਜਿਹੜੀ ਨੈਸ਼ਨਲ ਪੋਲੀਟਿਕਸ ਦੀ ਲੜਾਈ ਹੋਏਗੀ ਜਾਂ ਰੀਜਨਲ ਫੋਰਸਿਸ ਦੀ ਜਿਹੜੀ ਲੜਾਈ ਹੋਏਗੀ, ਉਹ ਫੈਡਰਲਿਜ਼ਮ ਦੇ ਸਵਾਲ 'ਤੇ ਤਿੱਖੀ ਹੋਏਗੀ। ਜਿਸ ਤਰ੍ਹਾਂ ਮੋਦੀ ਪੰਗੇ ਲੈ ਰਹੇ ਨੇ, ਕੀ ਲੱਗਦਾ ਕਿ ਸੰਘੀ ਢਾਂਚੇ ਦੀ ਲੜਾਈ ਤੇਜ਼ ਹੋ ਸਕਦੀ ਹੈ, ਸਾਰੀਆਂ ਸਿਆਸੀ ਪਾਰਟੀਆਂ ਇੱਕ ਫਰੰਟ 'ਤੇ ਇਕੱਠੀਆਂ ਹੋ ਸਕਦੀਆਂ? ਦੇਖੋ, ਫੈਡਰਲਿਜ਼ਮ ਦੀ ਲੜਾਈ, ਮੈਂ ਅਕਸਰ ਇਹ ਕਹਿਣਾ ਕਿ ਅਗਲੀ ਜਿਹੜੀ ਲੜਾਈ ਹੋਏਗੀ, ਅੱਜ ਐਮਰਜੈਂਸੀ ਹੈ ਦਾ 46ਵੀਂ ਵਰੇਗੰਡ ਐਮਰਜੈਂਸੀ ਦੀ। ਇੰਦਰਾ ਨੂੰ ਵੀ ਬਹੁਤ ਵੱਡੇ ਵਹਿਮ ਸੀਗੇ ਜਦੋਂ, ਹਾਂ, ਉਹਨਾਂ ਨੇ ਵੀ ਫੈਡਰਲਿਜ਼ਮ ਦੀ ਤਬਾਹੀ ਜਿਹੜੀ ਆ ਮਚਾਈ ਸੀ। ਇੰਦਰਾ ਗਾਂਧੀ ਨੇ ਫੈਡਰਲਿਜ਼ਮ ਤਬਾਹ ਕਰਤਾ ਸੀਗਾ, ਔਰ ਉਸ ਤਬਾਹੀ 'ਚ ਬਹੁਤ ਸਾਰੀਆਂ ਫੋਰਸਾਂ ਲੜੀਆਂ। ਉਹ ਫੋਰਸਾਂ ਬਾਅਦ 'ਚੋਂ ਕਾਬਜ਼ ਹੋਈਆਂ ਜਾ ਕੇ ਸੱਤਾ 'ਤੇ, ਇੰਦਰਾ ਗਾਂਧੀ ਦਾ ਵਹਿਮ ਦੂਰ ਕੀਤਾ ਸੀਗਾ ਉਸ ਦੌਰ 'ਚ। ਤਾਂ ਜਦੋਂ ਅੱਜ ਸੰਘੀ ਢਾਂਚੇ 'ਤੇ ਅਟੈਕ ਕੀ ਦੇਖ ਰਿਹਾ ਸੀ, ਖੇਤੀ ਬਿੱਲਾਂ ਵਾਲਾ ਸੰਘੀ ਢਾਂਚੇ 'ਤੇ ਅਟੈਕ ਆਏ, ਕਸ਼ਮੀਰ ਦੇ ਅੰਦਰ ਉਹਨੂੰ ਯੂਟੀ ਬਣਾਉਣਾ ਸੰਘੀ ਢਾਂਚੇ 'ਤੇ ਅਟੈਕ ਆ, ਧਾਰਾ 370-35 ਇਹਦਾ ਮਸਲਾ ਸੰਘੀ ਢਾਂਚੇ 'ਤੇ ਅਟੈਕ ਆ, ਯਾਨੀ ਰਾਜਾਂ ਕੋਲ ਜਿਹੜੇ ਅਧਿਕਾਰ ਨੇ, ਰਾਜਾਂ ਦੇ ਅਧਿਕਾਰਾਂ ਨੂੰ ਜਿਹੜਾ ਖੋਣਾ, ਉਹ ਸੰਘੀ ਢਾਂਚੇ 'ਤੇ ਅਟੈਕ ਹੁੰਦਾ ਗਾ, ਯਾਨੀ ਉਹ ਫੈਡਰਲਿਜ਼ਮ ਦੇ ਉੱਤੇ ਅਟੈਕ ਆ। ਇਸ ਕਰਕੇ ਉਹ ਲੜਾਈ ਨੂੰ ਵੀ ਉਹ ਚੰਗੀ ਤਰ੍ਹਾਂ ਦੇਖਦੇ ਨੇ, ਅਤੇ ਇਸ ਕਰਕੇ ਇੱਥੋਂ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਗਾ ਕਿ ਆਉਣ ਵਾਲੇ ਦਿਨਾਂ ਦੀ ਜਿਹੜੀ ਨੈਸ਼ਨਲ ਪੋਲੀਟਿਕਸ ਦੀ ਲੜਾਈ ਹੋਏਗੀ ਜਾਂ ਰੀਜਨਲ ਫੋਰਸਿਸ ਦੀ ਜਿਹੜੀ ਲੜਾਈ ਹੋਏਗੀ, ਉਹ ਫੈਡਰਲਿਜ਼ਮ ਦੇ ਸਵਾਲ 'ਤੇ ਤਿੱਖੀ ਹੋਏਗੀ। ਮਮਤਾ ਨੇ ਜਿਵੇਂ ਜਗਾਇਆ ਨਾ, ਇੱਕ ਬੰਗਾਲੀਪਣਾ ਜਗਾਇਆ, ਬੰਗਾਲੀ ਹੋਣਾ ਜਗਾਇਆ, ਇੱਕ ਬੰਗਾਲ ਦਾ ਗੌਰਵ ਜਗਾਇਆ, ਉਸ ਗੌਰਵ ਨੇ ਮਮਤਾ ਨੂੰ ਸੱਤਾ 'ਚ ਲਿਆਂਦਾ। ਉਹੀ ਗੌਰਵ ਬਾਕੀ ਸਟੇਟਾਂ 'ਚ ਵੀ ਪੋਲੀਟਿਕਸ ਐਕਸਪੈਰੀਮੈਂਟ ਹੋਣਗੇ, ਅਕਾਲੀ ਵੀ ਕਰਨਗੇ, ਆਪ ਵੀ ਤਮਾਮ ਪਾਰਟੀਆਂ ਕਰਨਗੀਆਂ, ਰੀਜਨਲ ਪਾਰਟੀਆਂ ਜ਼ਿਆਦਾ ਕਰਨਗੀਆਂ। ਤਾਂ ਉਹਦੀ ਲੜਾਈ ਫਿਰ ਅਲਟੀਮੇਟਲੀ ਕਿਹਦੇ ਨਾਲ ਆ? ਜਦੋਂ ਕਿਤੇ ਵੀ ਕੋਈ ਤੁਸੀਂ ਗੌਰਵ ਜਗਾਉਂਦੇ ਹੋ ਕਿਸੇ ਕੌਮ ਦਾ, ਉਹ ਕਿਹਦੇ ਨਾਲ? ਸੈਂਟਰ। ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਪੈਟ ਸਟੇਟਮੈਂਟ ਹੁੰਦੀ ਸੀ, ਮੈਂ ਕਹਿੰਦਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਇੱਕ ਲਾਈਨ ਦੀ ਰਾਜਨੀਤੀ ਆ, ਸੈਂਟਰ ਪੰਜਾਬ ਨਾਲ ਧੱਕਾ ਕਰਦਾ। ਇਹ ਉਹਨਾਂ ਦਾ ਪੱਕਾ ਡਾਇਲੋਗ ਹੁੰਦਾ ਸੀਗਾ ਜਦੋਂ ਵੀ ਕਾਂਗਰਸ ਹੁੰਦੀ ਸੀ ਸੈਂਟਰ 'ਚ, ਸੈਂਟਰ ਪੰਜਾਬ ਨਾਲ ਧੱਕਾ ਕਰਦਾ। ਇਹਦਾ ਮਤਲਬ ਕੀ ਸੀਗਾ ਕਿ ਪੰਜਾਬ ਦੇ ਅੰਦਰ ਉਹ ਭਾਵਨਾ ਪਈ ਸੀ, ਚਾਹੇ ਉਹ ਖਾੜਕੂਵਾਦ ਦਾ ਦੌਰ ਹੈ, ਚਾਹੇ ਪਹਿਲੇ ਦੌਰ ਨੇ ਪੰਜਾਬੀ ਸੂਬੇ ਵਾਲਾ, ਇੱਕ ਭਾਵਨਾ ਸੈਂਟਰ ਦੇ ਖਿਲਾਫ਼ ਪਈ ਸੀ। ਉਹਦੇ ਉੱਤੇ ਆਪਦੀ ਪੂਰੀ ਰਾਜਨੀਤੀ ਦਾ ਨੈਰੇਟਿਵ ਪ੍ਰਕਾਸ਼ ਸਿੰਘ ਬਾਦਲ ਖੜਾ ਕਰ ਦਿੰਦੇ ਸੀ। ਇਸੇ ਕਰਕੇ ਪੂਰੇ ਦੇਸ਼ ਦੇ ਅੰਦਰ ਵੀ ਉਹ ਨੈਰੇਟਿਵ ਹੋਰ ਸਟਰੋਂਗ ਹੋ ਰਿਹਾ। ਸਭ ਨੂੰ ਲੱਗਦਾ, ਉਦੋਂ ਠਾਕਰੇ ਨੂੰ ਲੱਗਦਾ ਸਾਨੂੰ ਦਵਾਇਓ, ਤਾਂ ਹਿੰਦੂਤਵ ਦੀ ਪੋਲੀਟਿਕਸ ਕਰਦੇ ਸੀ। ਨਵੀਨ ਪਟਨਾਇਕ ਨੂੰ ਲੱਗਦਾ ਸਾਡੇ ਨਾਲ, ਬਹੁਤ ਸਾਰੀਆਂ ਫੋਰਸਿਸ ਨੂੰ ਲੱਗਦਾ ਸਾਡੇ ਨਾਲ ਲਗਾਤਾਰ, ਕਸ਼ਮੀਰ ਤੋਂ ਲੈ ਕੇ ਬੰਗਾਲ ਤੱਕ, ਬੰਗਾਲ ਤੋਂ ਲੈ ਕੇ ਰਾਜਸਥਾਨ ਤੱਕ। ਤਾਂ ਉਹ ਫੋਰਸ ਅਗਰ ਇੱਕ ਮੰਚ 'ਤੇ ਇਕੱਠੀਆਂ ਹੋ ਜਾਣਗੀਆਂ, ਫੈਡਰਲਿਜ਼ਮ ਦੀ ਲੜਾਈ ਬਹੁਤ ਤਿੱਖੀ ਹੋ ਜਾਏਗੀ ਅਤੇ ਮੋਦੀ ਲਈ ਬਹੁਤ ਔਖਾ ਹੋ ਜਾਏਗਾ।